ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਅਲੀਵਾਲ ਕੋਟਲੀ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ। ਅਜਨਾਲੇ ਦੇ ਲਾਗੇ ਹੀ ਆ ਕੋਟਲੀ ਪਿੰਡ, ਅਲੀਵਾਲ ਪਿੰਡ ਜਿਹੜਾ ਵੀਰ ਜੀ ਉਹਨਾਂ ਦਾ। ਇੱਕ ਅਲੀਵਾਲ ਨਹਿਰਾਂ ਵਾਲਾ ਵਾ, ਉਹ ਅਲੀਵਾਲ ਗੁਰਦਾਸਪੁਰ ਜ਼ਿਲ੍ਹੇ 'ਚ ਬਟਾਲੇ ਲਾਗੇ, ਇਹ ਅਜਨਾਲੇ ਤਹਿਸੀਲ 'ਚ ਆ। ਕੋਈ ਵੀਰ ਚੰਗੀ ਤਰ੍ਹਾਂ ਸਮਝ ਕੇ ਆਵੇ ਵੀਰ ਜੀ ਉਹਨਾਂ ਦੇ ਕੋਲ। ਅਤੇ ਅੱਜ ਤੁਹਾਨੂੰ ਟੋਟਲ 6 ਗਾਵਾਂ ਦਿਖਾਉਣੀਆਂ ਵਾ, ਚੰਗੇ ਦੁੱਧ ਵਾਲੀਆਂ ਗਾਵਾਂ ਵਾ ਵੀਰ ਜੀ। ਉਹਨਾਂ ਦਾ ਦੁੱਧ ਦਾ ਕੰਮ ਆ ਮੇਨ, ਉੱਧਰ ਵੀ ਕਾਫੀ ਗਿਣਤੀ 'ਚ ਗਾਵਾਂ ਜਿਹੜੀਆਂ ਵੱਜੀਆਂ ਵਾ, ਅਤੇ ਆਪਣੀਆਂ ਵੀ ਵੱਛੀਆਂ ਤਿਆਰ ਕਰਦੇ ਆ ਵੀਰ ਜੀ ਹੁਣੇ। ਅਤੇ ਗੱਲਬਾਤ ਹੁਣ ਆਪਾਂ ਵੀਰ ਜੀ ਉਹਨਾਂ ਨਾਲ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਇੱਕ ਤੁਹਾਨੂੰ ਆ ਜਰਸੀ ਵੀ ਚੰਗੇ ਰਿਕਾਰਡ ਵਾਲੀ, ਇੱਕ ਤੋਕੜ ਗੱਭਣ ਤੁਹਾਨੂੰ ਨੋਰਮਲ ਰੇਟ 'ਚ ਤੁਹਾਨੂੰ ਦਿਖਾਉਣੀ ਆ। ਵੀਡੀਓ ਪੂਰੀ ਜ਼ਰੂਰ ਵੇਖਿਓ, ਕੁਝ ਗਾਵਾਂ ਦੇ ਤੁਹਾਨੂੰ ਮੁੱਲ ਦੱਸਾਂਗੇ, ਕੁਝ ਦੇ ਫੋਨ 'ਤੇ ਦੱਸਾਂਗੇ। ਅਤੇ ਜਿਹੜੇ ਵੀਰ ਨੂੰ ਕੋਈ ਵੀ ਚੰਗੀ ਲੱਗਦੀ ਆ ਫੋਨ ਲਾਵੇ ਕੋਈ, ਅਤੇ ਆਪਣਾ ਸੌਦਾ ਕਰੇ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ? ਠੀਕ ਠਾਕ ਜੀ, ਸਭ ਵਧੀਆ। ਠੀਕ, ਅਤੇ ਨਾਮ ਦੱਸ ਦਿਓ ਕਰੇ। ਨਾਮ ਮੇਰਾ ਕਰਨਵੀਰ ਸਿੰਘ ਜੀ। ਹਾਂਜੀ ਹਾਂਜੀ ਹਾਂਜੀ। ਅਤੇ ਐਡਰੈਸ ਵੀ ਦੱਸ ਦਿਓ। ਐਡਰੈਸ ਆਪਣਾ ਨਾਲੇ ਤੋਂ 6 ਕਿਲੋਮੀਟਰ ਪੈਂਦਾ ਜੀ, ਪਿੰਡ ਅਲੀਵਾਲ ਕੋਟ ਜੀ। ਠੀਕ ਹੈ ਜੀ। ਹਾਂਜੀ ਹਾਂਜੀ। ਅਤੇ ਫੋਨ ਨੰਬਰ ਵੀ ਬੋਲ ਦਿਓ। ਫੋਨ ਨੰਬਰ ਲਿਖੋ 700 930। ਹਾਂਜੀ, 55। ਠੀਕ ਹੈ। ਅਤੇ ਜ਼ਿਲ੍ਹਾ ਆਪਣਾ ਅੰਮ੍ਰਿਤਸਰ ਆ ਗਿਆ ਹੈ ਨਾ? ਹਾਂ ਜ਼ਿਲ੍ਹਾ ਆਪਣਾ। ਅਤੇ ਕਾਫੀ ਦਿਨਾਂ ਬਾਅਦ ਵੀ ਇੱਕ ਵੀਡੀਓ ਆਪਾਂ ਪਾਈ ਸੀ ਉਦੋਂ ਤੁਹਾਡੀ। ਹਾਂਜੀ ਹਾਂਜੀ। ਉਦੋਂ ਵਿਕ ਗਿਆ ਸੀ ਮਾਲ ਫਿਰ? ਹਾਂਜੀ, ਪਹਿਲਾਂ ਮਾਲ ਵਿਕ ਗਿਆ। ਠੀਕ ਹੈ, ਅਤੇ ਹੁਣ ਫਿਰ ਅੱਜ ਵੇਚਣ ਲੱਗੇ ਆ, ਮਤਲਬ ਵਿੱਚ ਨਵੀਆਂ ਪੁਰਾਣੀਆਂ ਕਰ ਦਿੰਦੇ ਜੀ? ਨਵੀਆਂ ਪੁਰਾਣੀਆਂ ਫਿਰ ਤਾਂ ਵੇਖੋ, ਤੁਹਾਡੇ ਸਾਹਮਣੇ ਜਗ੍ਹਾ ਸਾਡੇ ਕੋਲ ਥੋੜ੍ਹੀ ਹੈ, ਅਜੇ ਨਾ ਅਸੀਂ ਫਾਰਮ ਨਵਾਂ ਲੱਗੇ ਹਾਂ ਅਪਡੇਟ ਕਰਨ ਤੋਂ। ਅੱਛਾ, ਹੋਰ ਵਧਾਉਣ ਲੱਗੇ ਕਿ ਆਪਾਂ ਇਹਨਾਂ ਨੂੰ ਵੇਚਣੇ ਆ। ਅੱਛਾ, ਜਗ੍ਹਾ ਥੋੜ੍ਹੀ ਕਰਕੇ ਡੰਗਰ ਜ਼ਿਆਦਾ ਹੋ ਗਏ। ਠੀਕ ਆ ਜੀ, ਮਤਲਬ ਵੱਡਾ ਕਰਨ ਲੱਗੇ ਆ ਅਤੇ ਉਹਦੇ ਕਰਕੇ ਥੋੜ੍ਹਾ ਹੌਲਾ ਕਰਨ ਲੱਗੇ ਪਹਿਲਾਂ। ਠੀਕ ਆ, ਅਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ 'ਤੇ ਜਿਹੜੀ ਆਪਾਂ ਇੱਦਾਂ ਹੀ ਆਪਾਂ ਕਰਨੀ ਆ। ਕੱਦ ਕਾਠ ਪੱਖੋਂ ਪੂਰੀ ਜਵਾਨ ਆ ਜਿਹੜੀ, ਵੱਡੇ ਕੱਦ ਕਾਠ ਦੀ ਵੱਡੀਆਂ ਗਾਵਾਂ ਸਾਰੀਆਂ ਵੀਰ ਜੀ ਉਹਨਾਂ ਦੇ ਕੋਲ, ਚੰਗੇ ਦੁੱਧ ਵਾਲੀਆਂ ਸੂਈਆਂ ਗਾਵਾਂ ਤੁਹਾਨੂੰ ਦਿਖਾਉਣੀਆਂ ਸਾਰੀਆਂ, ਥਾਣੇ 'ਤੇ ਦੇਖ ਸਕਦੇ ਲਾਗੇ ਤਾਂ। ਅਤੇ ਦੱਸੀਏ ਵੀਰ ਜੀ ਉਹਦੇ ਕੋਲ ਦੁੱਧ ਕਿੰਨਾ ਜੀ? ਅੱਜ ਇਹਨੂੰ ਸੂਈ ਨੂੰ ਹੋ ਗਏ ਜੀ 22 ਦਿਨ। ਹਾਂਜੀ ਹਾਂਜੀ, ਇਹਦੇ ਥੱਲੇ ਦੁੱਧ ਆਪਣਾ ਇਸ ਟਾਈਮ ਪ੍ਰੈਜੈਂਟ ਜਿਹੜਾ ਆ 25 ਲੀਟਰ ਦੁੱਧ ਹੋ ਗਿਆ ਤਿਆਰ। ਬਿਲਕੁਲ ਬਿਲਕੁਲ ਤਿਆਰ ਹੈ। ਫਿਰ ਫਿਕਸ ਆਰਡਰ ਆ ਇਹਦਾ, ਪਾਈਪਰ ਦੀ ਆਪ ਆ। ਅੱਛਾ ਹਾਂਜੀ ਹਾਂਜੀ। ਅਤੇ ਹਾਈਟ ਨੂੰ ਤੁਸੀਂ ਵੇਖੋ ਪੂਰੀ ਫੁੱਲ ਜਵਾਨ। ਅਤੇ ਬੱਚੇ ਬੁੱਚੇ? ਬੱਚੇ ਪਿੱਛੇ ਵੱਛਾ ਸੀ ਇਹਦੇ। ਅੱਛਾ ਹਾਂਜੀ, ਉਹ ਤਾਂ ਤੁਹਾਨੂੰ ਪਤਾ ਫਿਰ ਸਾਡਾ ਤਾਂ ਕੋਈ ਕੰਮ ਨਹੀਂ ਆਉਂਦਾ ਸੀ। ਅੱਛਾ ਹਾਂ, ਅਸੀਂ ਵੇਚਣੀ ਨਹੀਂ, ਸੇਲ ਨਹੀਂ ਵੈਸੇ ਕਰਨੀਆਂ ਸੀ। ਅੱਛਾ, ਪਰ ਮਜਬੂਰੀ ਕਾਰਨ ਹੁਣ ਸੇਲ ਕਰਨੀਆਂ ਪੈਂਦੀਆਂ, ਜਗ੍ਹਾ ਥੋੜ੍ਹੀ, ਜਗ੍ਹਾ ਦਾ ਬਹੁਤ ਪ੍ਰੋਬਲਮ। ਠੀਕ ਹੈ ਹਾਂਜੀ ਹਾਂਜੀ। ਅਤੇ ਚਲੋ ਫਿਰ ਤੋਰੀਆਂ ਹੈ ਕਰੀ ਨਾ। ਹਾਂ, ਦੇਖ ਸਕਦੇ ਜਿਹੜਾ ਵੀਰ ਖੋਲਣ ਦਿਆ ਉਹ ਵੀਰ ਦੀ ਹਾਈਟ ਤੋਂ ਵੀ ਕਿੰਨੀ ਉੱਚੀ ਆ ਗਾਂ ਜਿਹੜੀ, ਉਰੇ ਵੱਡੇ ਕੱਦ ਕਾਟਦੀ ਆ। ਅਤੇ ਅੱਜ 22 ਦਿਨ ਜਿਹੜੇ ਕਹਿੰਦੇ ਕਿ ਸੂਈ ਨੂੰ ਹੋ ਗਏ ਆ, ਅਤੇ ਦੁੱਧ ਜਿਹੜਾ ਇਹਦੇ ਕੋਲ 25 ਲੀਟਰ ਮੌਕੇ 'ਤੇ ਤਿਆਰ ਦੱਸ ਦਿੱਤਾ। ਇਹ ਤੋਂ ਵੱਧ ਵੀ ਸਕਦੀ ਕਿ ਨਹੀਂ? ਨਹੀਂ ਭਾਜੀ, ਪਿਛਲੇ ਸੂਏ 35 ਲੀਟਰ ਦਾ ਰਿਕਾਰਡ ਜੇ ਆਰ ਕੀ, ਸਾਨੂੰ 40 ਦੀ ਆਸ ਹੈ ਇਹ ਤੋਂ। ਅੱਛਾ ਹਾਂਜੀ ਹਾਂਜੀ, ਠੀਕ ਹੈ, ਲੈ ਜਾਓ ਸੀਮਨ ਦੀ ਵੇਖੋ ਸਾਰੀ ਗੱਲ ਹੈ ਨਾ। ਹਾਂਜੀ, 12,000 ਲੀਟਰ ਦਾ ਦੁੱਧ ਦੀ ਕਪੈਸਿਟੀ ਆ। ਠੀਕ ਆ ਹਾਂਜੀ ਹਾਂਜੀ, 1 ਲੈਕਟੇਸ਼ਨ ਦੀ। ਤੇ ਤੁਸੀਂ ਆਰਡਰ ਦੀ ਬਾਕੀ ਕੁਆਲਿਟੀ ਵੇਖੋ, ਫਿਕਸਨੈਸ ਵੇਖੋ, ਬਾਕੀ ਪ੍ਰੋਪਰ ਤੁਹਾਨੂੰ ਆਏਗੀ। ਹਾਂਜੀ ਹਾਂਜੀ, ਇਹਨਾਂ ਚੀਜ਼ਾਂ 'ਚ ਸਾਰੀਆਂ 'ਚ ਪੂਰੀ ਆ ਜਿਹੜੀ। ਲੈ ਜਾਓ ਵੀਰ ਜੀ ਬੰਦ ਹੋਈ ਨਾ। ਬਾਕੀ ਕੋਈ ਵੀਰ ਇੱਥੇ ਆ ਕੇ ਪਸੰਦ ਕਰਕੇ ਵੇਖ ਕੇ ਖੜੇ, ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਚੰਗੀਆਂ ਵਾ, ਬਰੀਡ ਪੱਖੋਂ ਵੀ ਚੰਗੀ ਆ। ਗਾਂ ਵੀ ਕਿਸੇ ਨੇ ਚੰਗੇ ਬੱਚੇ ਲੈਣੇ ਹਨ, ਤੇ ਇਹੋ ਜਿਹੀਆਂ ਗਾਵਾਂ ਹੀ ਚੰਗੇ ਬੱਚੇ ਦਿੰਦੀਆਂ। ਜਿਹੜਾ ਇਹਦਾ ਪਹਿਲਾ ਬੱਚਾ ਹੀ ਸਟਾਰਟਿੰਗ ਚੰਗਾ ਸੀਮਨ ਕੋਈ ਲਵਾਵੇ ਤੇ ਸਟਾਰਟਿੰਗ ਹੀ 40-45 ਤੋਂ ਹੋਏਗੀ। ਠੀਕ ਹੈ ਜੀ ਹਾਂਜੀ ਹਾਂਜੀ।
ਤੇ ਕਿਹਦਾ ਮੁੱਲ ਫਿਰ ਕੀ ਰੱਖਣਾ ਆਪਾਂ? ਇਹਦਾ ਮੁੱਲ ਫੋਨ ਤੇ ਕਰਨਾ, ਛੇ ਦਾ ਫੋਨ ਤੇ ਕਰਨਾ, ਕੁਝ ਕਿਤੇ ਦੱਸਣੇ ਕੁਝ ਕੁ ਫੋਨ ਤੇ ਕਰਨੇ ਆ, ਹਾਂਜੀ ਕੋਈ ਤੇ ਦੱਸਦਾ ਕੋਈ ਤੇ ਫੋਨ ਤੇ, ਠੀਕ ਹੈ ਜੀ। ਤੇ ਆ ਜਿਹੜੀ ਹੁਣ ਦੂਸਰੇ ਨੰਬਰ ਤੇ ਆ, ਇਹ ਦੂਸਰੇ ਸੀ ਨੰਬਰ ਤੇ ਜਿਹੜੀ ਇਹ ਗੈਲੈਕਸੀ ਦੀ ਆ ਗਿਆ ਜੀ। ਥਾਣਾ ਪਹਿਲਾਂ ਇਹਦੇ ਕਰੀ ਤੁਹਾਨੂੰ ਲਾ ਕੇ ਦਿਖਾ ਦਈਏ, ਕਾਫੀ ਦੂਰ ਦੂਰ ਜਿਹੜਾ ਥਾਣੇ ਆ ਤੇ ਮਿਲ ਕੇ ਮੈਨੂੰ ਇਹ ਪੈਪਾਂ ਹੀ ਲੱਗੀਆਂ ਵਾ ਜਿਹੜੀਆਂ ਪੂਰੀਆਂ, ਤੇ ਇੱਕ ਵਾਰੀ ਪਿੱਛੇ ਵੀ ਹਵਾਨਾ ਇਹਦਾ ਤੁਹਾਨੂੰ ਲਾ ਕੇ ਦਿਖਾ ਦਈਏ। ਹਾਂ ਦੇਖ ਸਕਦੇ ਜੀ, ਦੱਸੀਏ ਵਿਧੀ ਇਹਦੇ ਬਾਰੇ ਕਿਹੜੇ ਟੀਕੇ ਦੀ ਜੀ? ਇਹ ਗਲੈਕਸੀ ਦੀ ਹੈ ਆਪ ਜੀ। ਹਾਂਜੀ ਹਾਂਜੀ ਹਾਂਜੀ, ਤੇ ਇਸ ਟਾਈਮ ਪ੍ਰੈਜ਼ੈਂਟ 30 ਲੀਟਰ ਦੁੱਧ ਚੱਲ ਗਈ ਜੀ, ਤਿਆਰ 30 ਲੀਟਰ ਪੂਰਾ। ਅੱਜ 26ਵਾਂ ਦਿਨ ਉਹਨੂੰ ਹੋ ਗਿਆ ਜੀ। ਅੱਛਾ 26 ਦਿਨ, 26 ਦਿਨ ਅੱਜ ਹੋ ਗਏ ਜੀ। ਹਾਂਜੀ, ਕੀ ਉਮੀਦ ਹੈ ਕਿ 50 ਕਰਾਂਗੇ ਤੇ ਸਾਰਾ, ਤੇ 30 ਲੀਟਰ ਮੌਕੇ ਤੇ ਜਿਹੜਾ ਚਵਾ ਦੋਗੇ ਬਿਲਕੁਲ ਜਿੱਦਾਂ ਮਰਜ਼ੀ ਅਗਲਾ ਆਪਣਾ। ਤੇ ਆ ਬਾਈ ਵੇਦੀਆ ਦੇ ਇੱਕ ਵੱਡੀ ਛੋਟੀ ਲੱਗਦੀ ਜੀ ਆਪਾਂ ਨੂੰ, ਇਹ ਹੁਣੇ ਬੈਠੀ ਸੀ ਅਸੀਂ ਖੁੱਲੀਆਂ ਹੀ ਛੱਡੀ ਦੀਆਂ ਇਹਨਾਂ ਨੂੰ ਵੈਸੇ ਮੋਸਟਲੀ। ਅੱਛਾ ਤੇ ਹਾਂ, ਉਹਦੇ ਕਰਕੇ ਥੋੜਾ ਜਿਹਾ ਆਪਣਾ ਇਧਰਲੇ ਬੰਨੇ ਭਾਰ ਪਾਇਆ ਹੈ ਅਲੱਗ, ਉਹ ਦੋ ਇੱਕ ਬੰਨੇ ਇਕੱਠਾ ਗਾ ਜੀ, ਥੋੜੇ ਨਾਲੇ ਲੇਟ ਹੋ ਗਏ ਨਾ ਆਪਾਂ ਚੁਣਨ ਤੋਂ, ਚਵਾਈ ਨਹੀਂ ਅਜੇ ਹੋਣ ਵਾਲੀ ਆ। 1 ਮਿੰਟ ਆਪਾਂ ਨਾ ਫਿਰ ਤਾਂ ਤੋੜ ਕੇ ਵਿਖਾਉਣੀ ਆ, ਬਾਕੀ ਸੂਈਆਂ ਸਵਾਈਆਂ ਵਾ, ਦੁੱਧ ਤਿਆਰ ਆ ਮੋਕਰ, ਤੇ ਤੁਸੀਂ ਆਪਣੀ ਚਵਾਈ ਕਰਕੇ ਲਿਜਾ ਸਕਦੇ ਜੇ। ਬਾਕੀ ਵੀਰ ਜੀ ਹੁਣ ਕਹਿੰਦੇ ਕਿ ਥਣ ਥੁਣ ਪੂਰੇ ਓਕੇ ਆ, ਉਹ ਤੁਸੀਂ ਆਪਣੀ ਸਮਝਣਾ ਵੇਖ ਕੇ ਖੜਨੇ, ਹਵਾਨੇ ਤੇ ਵੀ ਨਾੜਾਂ ਨੂੜਾਂ ਚੰਗੀਆਂ ਵਾ ਜਿਹੜੀਆਂ, ਥੋੜੀਆਂ ਰੱਸੀਆਂ ਨਾਲ ਫੜਨੀਆਂ ਔਖੀਆਂ ਹੋ ਜਾਂਦੀਆਂ। 30 ਲੀਟਰ ਜਿਹੜਾ ਦੁੱਧ ਕਹਿੰਦੇ ਕਿ ਮੌਕੇ ਤੇ ਚਵਾ ਦਾਂਗੇ, ਤੇ ਉਸ ਤਰ੍ਹਾਂ ਵੀਰ ਜੀ ਥਣ ਬਰਾਬਰ ਆ ਸਾਰੇ? ਪਹਿਲਾਂ ਤੁਸੀਂ ਜਿਹੜਾ ਮਰਜ਼ੀ ਆ ਕੇ ਆਪਣੀ ਸੰਤੁਸ਼ਟੀ ਕਰਕੇ ਜਾਵੇ। ਅੱਛਾ ਹਾਂਜੀ ਹਾਂਜੀ, ਇਹ ਚੀਜ਼ ਉਹ ਬਸ ਕਿ ਅਸੀਂ ਖੁੱਲੀਆਂ ਛੱਡੀ ਦੀਆਂ ਆ, ਮਤਲਬ ਆਪਣਾ ਤੇ ਇੱਕ ਬੰਨੇ ਬੈਠੀ ਇੱਥੇ ਬੈਠੀ ਸੀ, ਭਾਰ ਪਿਆ ਸੀ ਇੱਕ ਸਾਈਡ ਤੇ, ਉਹ ਬਾਕੀ ਆਪਣਾ ਤੁਸੀਂ ਚੈੱਕ ਕਰ ਲਓ, ਉਹ ਆਪਣੀ ਤਸੱਲੀ ਕਰਕੇ ਖੜੇ ਹੋਣਾ, ਕੋਈ ਪਸੰਦ ਹੋਵੇ ਤੇ ਲੈ ਜੇ। ਬਿਲਕੁਲ ਬਿਲਕੁਲ। ਤੇ ਰੇਟ ਇਹਦਾ ਦੱਸਣਾ? ਨਹੀਂ, ਇਹਦਾ ਰੇਟ ਹੀ ਫੋਨ ਤੇ ਕਰਾਂਗੇ। ਠੀਕ ਆ। ਤੇ ਜਿਹੜੀ ਹੁਣ ਆ ਗਈ ਆਪਣੇ ਕੋਲ, ਹਾਂਜੀ ਤੀਸਰੇ ਨੰਬਰ ਤੇ, ਕਿੰਨਾ ਚਵਾਜੂਗੀ ਦੁੱਧ? ਆਸ ਆ ਕੇ ਆਪਣਾ 35 ਕਿ ਤੱਕ ਜਾਏਗੀ ਯਾਰ। ਅੱਛਾ, ਪਹਿਲੇ ਲੈਕਟੇਸ਼ਨ ਵਿੱਚ? ਅੱਛਾ, ਪਹਿਲਾ ਸੂਆ ਹੀ ਆ? ਪਹਿਲਾ ਸੂਆ ਜੇ, ਕੋਈ ਆਪਣੀ ਦੋ ਟਾਈਮ ਚੋ ਕੇ ਖੜੇ ਹੈ ਨਾ, ਤੇ ਜੇ ਉਸ ਤਰ੍ਹਾਂ ਵੀ ਤਿਆਰ ਦੀ ਵੀ ਕਿਸੇ ਨੇ ਵੀਡੀਓ ਮੰਗਣੀ ਹੋਗੀ ਹੋਵੇ ਤੁਸੀਂ ਭੇਜ ਦੋਗੇ? ਭੇਜ ਦਾਂਗੇ। ਇਹਦੀ ਇਕੱਲੀ ਦੀ ਚਵਾਈ ਹੋਈ ਆ, ਬਾਕੀਆਂ ਦੀ ਚਵਾਈ ਹੋਣ ਵਾਲੀ। ਲੈ ਆਓ ਵੀਰ ਜੀ, ਪਹਿਲਾ ਹੀ ਸੂਆ ਵਾ ਤੇ ਮੂੰਹ ਜਿਹੜੀ ਦੋ ਦੰਦ ਦੱਸਦੇ ਆ, ਤੇ ਪਾਈਪਰ ਦੀ ਆਪ ਜਿਹੜੀ ਕਹਿੰਦੇ ਕੀ ਹੈਗੀ ਆ, 30 ਤੋਂ ਪਲੱਸ ਹੀ ਜਿਹੜਾ ਕਹਿੰਦੇ ਕਿ ਇੰਨੇ ਪਹਿਲੇ ਸੂਏ ਚੱਲਣਾ ਵਾ। ਕੱਦ ਕਾਠ ਪੱਖੋਂ ਇਹ ਵੀ ਪੂਰੀ ਜਵਾਨ ਆ, ਚੰਗੀ ਬਰੀਡ ਵਾਲੀਆਂ ਵੈੜਾਂ ਵਾ ਜਿਹੜੀਆਂ ਸਾਰੀਆਂ ਹੀ, ਤੇ ਦੁੱਧ ਤਿਆਰ ਆ ਮੌਕੇ ਤੇ, ਦੁੱਧ ਸੂਈਆਂ ਸਵਾਈਆਂ ਵਾ, ਬਾਕੀ ਚੰਗੀ ਚੀਜ਼ ਰੱਖਣ ਦਾ ਹੀ ਫਾਇਦਾ ਵਾ। 1 ਮਿੰਟ ਰੋਕਿਓ ਵੀਰ ਜੀ, ਇੱਥੇ ਸਾਨੂੰ ਦਿਖਾ ਦਈਏ ਤੇ ਆਪਾਂ ਚਵਾਈ ਹੋਈ ਨੂੰ ਅਜੇ ਥੋੜਾ ਚਿਰ ਹੀ ਹੋਇਆ ਵਾ। ਸ਼ਾਮ ਤੱਕ ਹਵਾਨਾ ਜਿਹੜਾ ਆਪਣੇ ਦੁੱਧ ਦੇ ਹਿਸਾਬ ਨਾਲ ਪੂਰਾ ਤਿਆਰ ਕਰ ਜਾਣਾ ਇਹਨੇ, ਕੱਦ ਕੱਟ ਸਾਰੀਆਂ ਦੇ ਇੱਕ ਦੂਜੇ ਤੋਂ ਕੱਟਦੀਆਂ ਇੱਕ ਦੂਜੇ ਨੂੰ, ਤੇ
ਇਹਦਾ ਵੀ ਮੁੱਲ ਫੋਨ ਤੇ ਕਰਨਾ? ਹਾਂ ਜੀ, ਇਹਨਾਂ ਤਿੰਨਾਂ ਦਾ ਮੁੱਲ। ਅੱਛਾ, ਹੁਣ ਗਾੜੀ ਤਿੰਨ ਜਿਹੜੀਆਂ ਹੋਣੀਆਂ ਇਹਨਾਂ ਦੇ ਦੱਸ ਦੇਣੇ ਆ, ਹੈ ਨਾ? ਠੀਕ ਆ। ਤੇ ਆਹ ਜਿਹੜੀ ਗਾਂ ਆ ਇਹ ਕ੍ਰੋਸ ਚ ਆ ਗਈ ਥੋੜੀ, ਇਹ ਕ੍ਰੋਸ ਚ ਆ ਗਈ ਜੇ ਤੀਜਾ ਸੂਆ ਆ ਜੇ ਇਹਦਾ। ਠੀਕ ਆ। ਹਾਂਜੀ ਹਾਂਜੀ, ਇਸ ਟਾਈਮ ਮੌਕੇ ਤੇ 22 ਲੀਟਰ ਦੁੱਧ ਰੈਡੀ ਆ। ਤਿਆਰ? ਬਿਲਕੁਲ ਬਿਲਕੁਲ ਤਿਆਰ। ਤੇ ਇਹਨੂੰ ਕਿੰਨਾ ਚਿਰ ਹੋਇਆ ਸੂਈ ਨੂੰ? ਇਹਨੂੰ ਸੂਈ ਨੂੰ ਅੱਜ ਹੋ ਗਏ ਆ 25 ਦਿਨ। 25 ਦਿਨ ਹੋ ਗਏ। ਹਾਂ, 25-26 ਦਿਨ ਦੇ ਆਸਪਾਸ। ਡਿਟੇਲ ਇਹਨਾਂ ਦੀ ਸਾਰੀ ਹੈਗੀ ਤੁਹਾਡੇ ਕੋਲ? ਜਿਸ ਤਰ੍ਹਾਂ ਮੰਨ ਲਓ ਕਈ ਵਾਰੀ ਕੋਈ ਗੱਲ ਵੀਡੀਓ 'ਚ ਦੱਸਣ ਵਾਲੀ ਪੁੱਛਣ ਵਾਲੀ ਰਹਿ ਜਾਂਦੀ ਆ। ਹਾਂ, ਉਹ ਫੋਨ ਕਰਨ ਤੇ ਸਾਰਾ ਕੁਝ ਦੱਸ ਦਾਂਗੇ। ਠੀਕ ਆ, ਆ ਜਾਓ ਲੈ ਆਓ ਵੀਰ ਜੀ। ਦੁੱਧ 22 ਲੀਟਰ ਇਹਦੇ ਕੋਲ ਤਿਆਰ ਮੌਕੇ ਤੇ ਰੈਡੀ। ਠੀਕ ਆ। ਇਹ ਗਰਮੀਆਂ 'ਚ ਆਪਣਾ ਪੂਰੀ ਹਾਂਜੀ ਮੌਜ ਰਹੇਗੀ ਦੁੱਧ ਦੀ। ਬਾਕੀ ਬੇਲ ਇਹਦੀ ਵੀ ਚੰਗੀ ਆ, ਬਾਕੀ ਜੇ ਕ੍ਰੋਸ ਦੇ ਹਿਸਾਬ ਨਾਲ ਲਾਈਏ ਤਾਂ ਕੱਦ ਇਹਦਾ ਵੀ ਚੰਗਾ ਵਾ। ਲੈ ਜਾਓ ਜੀ, ਥਣਾਂ ਦਾ ਸਾਈਜ਼ ਗੈਪ ਵੀ ਓਕੇ ਪੂਰਾ। ਇਹ ਥੋੜ੍ਹਾ ਕੀ ਟਾਈਮ ਹੀ ਉੱਪਰ ਹੋਇਆ ਵਾ ਜਿਹੜਾ ਇਹਨਾਂ ਦੀ ਚਵਾਈ ਤੋਂ, ਅਤੇ ਪੂਰੀਆਂ ਥੱਲੇ ਆਪਾਂ ਦੇਖ ਸਕਦੇ ਹਾਂ ਤਿਆਰ ਹੋ ਗਈਆਂ। ਅਤੇ ਕਿੰਨਾ ਰੱਖਣਾ ਵੀਰ ਜੀ ਇਹਦਾ ਫਿਰ ਮੁੱਲ? ਆਪਾਂ ਇਹਦਾ ਮੁੱਲ ਵੀਰ ਜੀ ਕਰਾਂਗੇ 65,000। 65,000 ਵਿੱਚੋਂ ਕਰ ਦੇਣਾ ਮਾਨਤਨ? ਚਲੋ ਕਰਦਾ, ਕੋਈ ਨਹੀਂ, ਬਾਕੀ ਦੁੱਧ ਦੇ ਹਿਸਾਬ ਨਾਲ ਤਾਂ ਮੁੱਲ ਬਿਲਕੁਲ ਜਾਏਗਾ। ਠੀਕ, ਚਲੋ ਕੋਈ ਫੋਨ ਲਾ ਕੇ ਪੁੱਛਿਆ ਨਾ ਮਾਨਤਨ ਮੌਕੇ 'ਤੇ ਹੋ ਜੂਗੇ। ਅਤੇ ਹੁਣ ਇੱਕ ਆ ਗਈ ਆਪਣੇ ਕੋਲ ਤੋਕੜ ਗੱਬਣ ਆ ਗਈ ਹੈ। ਕਿੰਨੇ ਚਿਰ ਦੀ ਚੈੱਕ ਪਾਸ ਜੀ ਵਿੱਦੀ ਹੈ? ਇਹ 7 ਮਹੀਨੇ ਦੀ ਚੈੱਕ ਪਾਸ ਜੀ। ਅੱਛਾ, ਹਾਂਜੀ ਹਾਂਜੀ। ਤੇ ਬਸ ਹੁਣ ਤਾਂ ਜੇ ਕਿਸੇ ਥਾਣ ਵਗੈਰਾ ਚੈੱਕ ਕਰਨੇ, ਵੈਸੇ ਅਸੀਂ ਇਹਨੂੰ ਡਰਾਈ ਕਰਨੇ ਆ। ਅੱਛਾ, ਡਰਾਈ ਹੋਣ ਦੀ ਹੁਣ ਲਗਭਗ, ਮਤਲਬ ਉਹ 2 ਮਹੀਨੇ ਸੂਨ ਚ ਰਹਿ ਗਏ ਆ ਹੁਣ ਇਹਦੇ। 2 ਮਹੀਨੇ ਸੂਨ ਚ ਰਹਿ ਗਏ। ਤੇ ਇਹਨੇ ਕਿੰਨਾ ਕੁ ਚਵਾਇਆ ਸੱਜਰ ਨੇ ਦੁੱਧ? ਇਹਨੇ ਸੱਜਰ ਨੇ, ਇਹਨੇ ਵੀ 20 ਲੀਟਰ ਲੱਗੇ ਚਲਾਇਆ। ਅੱਛਾ, 20 ਲੀਟਰ ਜਿਹੜਾ ਇਹਨੇ ਦੁੱਧ ਚਵਾਇਆ ਵਾ? ਚਵਾਇਆ। ਚਲੋ ਆ ਜਾਓ ਲੈ ਆਓ, ਇਹ ਜਰਸੀ ਆ ਹਨਾ। ਤੇ ਗਾੜੀ ਟੀਕਾ ਕਿਹੜਾ ਲੱਗਾ ਜੀ ਇਹਨੂੰ? ਇਹਨੂੰ ਗਾੜੀ ਅਸੀਂ ਆਪਣਾ ਲੈਮਨ ਹੈਡ ਦਾ ਟੀਕਾ ਲਵਾਇਆ ਜੀ। ਲੈਮਨ ਹੈਡ ਦਾ ਟੀਕਾ ਜਿਹੜਾ ਕਹਿੰਦੇ ਕਿ ਗਾੜੀ ਨੂੰ ਲੱਗਾ ਵਾ। ਜਰਸੀ ਆ ਜਿਹੜੀ ਪੰਜਾਬ ਵਾਲੀ ਜਰਸੀ ਆ। ਤੀਜੇ ਸੂਏ ਸੋਣਾ ਇਹਨੇ ਗੱਲ, ਤੀਸਰਾ ਸੂਆ ਇਹਨੇ ਸੋਣਾ ਜੀ। ਬਿਲਕੁਲ ਵੈਸੇ ਡਰਾਈ ਹੋ ਹੀ ਗਈ ਆ ਇੱਕ ਹਿਸਾਬ ਨਾਲ ਇਹ। ਲੈ ਜਾਓ ਵੀਰ ਜੀ, ਬੰਦ ਹੋ ਜੀ, ਇੱਕ ਮਿੰਟ ਰੋਕ ਦਿਓ ਥਣ ਦਿਖਾ ਦਈਏ। ਹਾਂ, ਦੇਖ ਸਕਦੇ ਥਣਾਂ ਦਾ ਸਾਈਜ਼ ਗੈਪ, ਅਤੇ ਬਾਕੀ ਮਿਲਕਮੇਨ ਵੀ ਕਾਫੀ ਚੰਗੀ ਲੱਗੀ ਆ। ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਚੰਗੀਆਂ, ਚਿਹਰਾ ਵੀ ਇਹਦਾ ਦੇਖ ਸਕਦੇ ਲਾਗੇ ਤੋਂ ਚੰਗੀ ਤਰ੍ਹਾਂ। ਲੈ ਜਾਓ ਵੀਰ ਜੀ, ਅਤੇ ਇਹਦਾ ਮੁੱਲ ਵੀਰ ਜੀ ਫਿਰ? ਇਹਦਾ ਮੁੱਲ ਵੀਰ ਜੀ ਬੱਦੀਆਂ ਲੈਣ ਵਾਲੀ ਗੱਲ ਕਰਾਂਗੇ 37,000। 37,000, ਹਾਂਜੀ, ਬਾਕੀ ਮੌਕੇ ਤੇ ਮਾਨਤਾ ਹੋ ਜਾਊਗਾ। ਚਲੋ ਵੈਸੇ ਤੇ ਬਿਲਕੁਲ ਰੇਟ ਜਾਇਜ਼ ਹੀ ਰੱਖਿਆ। ਠੀਕ ਹੈ, ਕੋਈ ਫੋਨ ਲਾਵੇ ਇੱਕ ਵਾਰੀ, ਹੈ ਨਾ? ਚਲੋ ਕੋਈ ਗੱਲ ਨਹੀਂ, ਮਾਨਤਾ ਨਾਲ ਥੋੜ੍ਹਾ ਪਤਾ ਤਾਂ ਹੋਊਗਾ ਹੀ। ਅਤੇ ਹੁਣ ਜਿਹੜੀ ਇੱਕ ਹੋਰ ਆ, ਇਹ ਤਾਜ਼ੀ ਸੂਈ ਦੇ ਲਏ 5 ਦਿਨਾਂ ਚ ਅੱਜ। ਅੱਛਾ, ਇਹਨੂੰ 5 ਦਿਨ ਹੀ ਹੋਏ ਸੂਈ ਨੂੰ? ਤੇਰਾ ਤੇ ਬੱਚਾ ਹੋਣਾ ਫਿਰ ਹਲੇ? ਹਾਂਜੀ ਹਾਂਜੀ, ਬੱਚਾ ਇਹਦਾ ਆਪਣੇ ਘਰੇ ਕੋਲ ਹੀ ਆ। ਕੀ ਜੇ ਇਹਦੇ ਮਗਰ? ਇਹਦੇ ਮਗਰ ਬੱਚਾ ਜੀ। ਅੱਛਾ, ਇਹਦੇ ਮਗਰ ਬੱਚਾ ਹੀ ਆ? ਹਾਂਜੀ ਹਾਂਜੀ। ਠੀਕ ਹੈ, ਆਤਮ ਬੱਚਾ ਤੋਂ ਕਿਹੜਾ ਬੱਚਾ ਜੀ ਇਹਦਾ? ਆਹ ਜਿਹੜਾ ਬੱਚਾ ਇਹਦਾ ਹੈਗਾ ਜੀ, ਬਾਕੀ ਹੋਰ ਕਿਸੇ ਦੇ ਬੱਚੇ ਨਹੀਂ ਹੈਗੇ। ਬਾਕੀ ਇੱਧਰ ਵੀ ਗਾਵਾਂ ਸਾਰੀਆਂ ਚੰਗੇ ਦੁੱਧ ਵਾਲੀਆਂ ਜਿਹੜੀਆਂ ਵੱਜੀਆਂ ਵਾ, ਕੁਛ ਹੋਲੀਆਂ ਜਿਹੜੀਆਂ ਵਿਧੀਆਂ ਨਹੀਂ ਦਏ ਕਰਨ। ਅਤੇ ਇਹਦੇ ਕੋਲ ਵੀਰ ਜੀ ਫਿਰ ਕਿੰਨਾ ਜੇ ਮੌਕੇ 'ਤੇ ਤਿਆਰ?
ਇਹਦੇ ਕੋਲ ਅੱਜ 17 ਲੀਟਰ ਦੁੱਧ ਮੌਕੇ ਤੇ ਰੈਡੀ ਹੋ ਗਿਆ ਜੀ। ਅੱਛਾ ਹਾਂਜੀ, ਤੇ ਕਿੰਨਾ ਚਵਾਈ ਜਾਊਗੀ ਇਹ? ਆਪਣਾ ਦੇਖ ਲਓਗੇ ਅੱਜ 5 ਦਿਨਾਂ ਦੀ ਸੂਈ ਆ, 17 ਲੀਟਰ ਦੁੱਧ ਰੈਡੀ ਹੋ ਗਿਆ ਆ, 20 ਪਲੱਸ ਹੀ ਜਾਊਗੀ। ਅੱਛਾ 20 ਪਲੱਸ ਹੀ ਜਾਊਗੀ। ਹਾਂਜੀ ਹਾਂਜੀ ਠੀਕ ਹੈ, ਤੋਰ ਦਈਏ ਫਿਰ ਇਹਨਾਂ ਵੀ। ਹਾਂਜੀ ਤੇ ਇਹ ਵੀਰ ਜੀ ਕਿਹੜੇ ਟੀਕੇ ਦੀ ਜੀ ਆਪ ਇਹਦਾ ਪਤਾ ਜੀ? ਇਹਦੇ ਆਪ ਦੇ ਡਿਟੇਲ ਦਾ ਨਹੀਂ ਪਤਾ। ਅੱਛਾ ਇਹਦਾ ਨਹੀਂ ਪਤਾ, ਠੀਕ ਆ। ਬਾਕੀ ਆਹ ਦੇਖ ਸਕਦੇ ਜੀ ਥੱਲੇ, ਇਹ ਵੀ ਚੰਗੀ ਤਿਆਰ ਹੋਈ ਆ। ਬਾਕੀ ਹਵਾਨੇ ਤੇ ਨਾੜਾਂ ਵੀ ਚੰਗੀਆਂ ਤੇ ਥਣਾਂ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਹੈ। ਆ ਜਾਓ ਲੈ ਆਓ ਇੱਧਰ ਨੂੰ ਇੱਕ ਵਾਰੀ ਲੈ ਜਾਓ। ਥਣ ਕਾਫੀ ਦੂਰ ਦੂਰ ਜਿਹੜਾ ਇਹਦੇ ਲੱਗਾ, ਲੈ ਜਾਓ ਵੀਰ ਜੀ। ਹਾਂ ਦੇਖ ਸਕਦੇ ਥਣਾਂ ਦਾ ਸਾਈਜ਼ ਗੈਪ, ਲੈ ਜਾਓ ਬੰਦ ਹੋ ਜੀ। ਤੇ ਇਹਦਾ ਵੀਰ ਜੀ ਮੁੱਲ ਫਿਰ? ਇਹਦਾ ਮੁੱਲ ਵੀਰ ਜੀ 60,000। ਇਹਦਾ ਮੁੱਲ 60,000 ਆ, ਬਾਕੀ ਮਾਨਤਾ ਮੌਕੇ ਤੇ ਹੋ ਜਾਊਗਾ। ਠੀਕ ਹੈ ਜੀ, ਠੀਕ ਹੈ ਜੀ। ਤੇ ਠੀਕ ਹੈ ਵੀਰ ਜੀ, ਹੋਰ ਕੁਛ ਕਰਨਾ ਫਿਰ? ਬਾਕੀ ਇਹ ਆ ਕਿ ਆਪਣੇ ਤੁਹਾਡੇ ਘਰੋਂ ਕੋਈ ਚਵਾਈ ਕਰਕੇ ਤਸੱਲੀ ਕਰਕੇ ਖੜੇ ਹਨਾ, ਪਾਸ ਕਾ ਹੋਏ ਤੇ ਲੈ ਜੇ, ਨਹੀਂ ਤੇ ਇੱਥੇ ਰਹਿਣ ਦੇ ਹਨਾ। ਬਾਕੀ ਇੱਥੋਂ ਕੋਈ ਵੀਰ ਆਪਣੀ 2 ਟਾਈਮ ਚੋਲੇ 3 ਟਾਈਮ ਚੋਲੇ ਆਪਣੀ ਤਸੱਲੀ ਕਰ ਲਏ, ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।